ਠੀਕ ਨਹੀਂ, ਕੋਈ ਪ੍ਰਬੰਧ ਨਹੀਂ ਕੀਤੇ ਗਏ। ਮੈਨੂੰ 4 ਦਿਨ ਹੋ ਗਏ ਇੱਥੇ ਆਏ ਨੂੰ ਜੀ, ਅਤੇ ਕੋਈ ਤਰਪਾਲ ਨਹੀਂ ਜੀ, ਨਾ ਕੋਈ ਚੌਂਕੀਦਾਰ ਦਾ ਉਹ ਹੈ ਜੀ, ਅਤੇ ਉੱਧਰੋਂ ਘਰ ਦੇ ਬਿਮਾਰ ਨੇ ਜੀ, ਅਤੇ ਉਹਦੇ ਕਰਕੇ ਹੁਣ ਵੀ ਤਾਂ ਇੱਥੇ ਰਾਖੀ ਰੱਖੀ ਜਾਂ ਘਰੇ ਉਹ ਕਰੀਏ, ਕੋਈ ਇੱਥੇ ਪ੍ਰਬੰਧ ਨਹੀਂ ਜੀ। ਇੱਥੇ ਪੂਰੀ ਚੋਰੀ ਹੁੰਦੀ ਹੈ ਜੀ ਕਣਕ ਦੀ, ਨਾ ਤਾਂ ਇੱਥੇ ਬੈਠਣ ਜੋਗੇ ਆ ਜੀ, ਨਾ ਘਰੇ ਉਹ ਕਰਨ ਜੋਗੇ ਆ ਜੀ। ਜੇ ਘਰੇ ਬਹਿਣਾ ਫਿਰ ਇੱਥੇ ਚੋਰੀ ਹੁੰਦੀ ਹੈ ਜੀ, ਅਤੇ ਨਾ ਕੋਈ ਤਰਪਾਲ ਆ ਜੀ। ਵੱਡੀ ਪ੍ਰੋਬਲਮ ਆ ਜੀ ਇੱਥੇ ਸਾਡੇ, ਚਾਹੀਦਾ ਜੀ ਮੰਡੀ ਸੈੱਡ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ। ਹੁਣ ਮੈਂ ਵਿਚਾਲੇ ਬੈਠਾ ਜੀ, ਇੱਥੇ ਦੇਖੋ ਕੋਈ ਸੈੱਡ ਨਹੀਂ। ਹੁਣ ਮੰਨ ਲਓ ਮੀਂਹ ਆ ਗਏ ਜੀ, ਤੋਂ ਬਾਅਦ ਕੀ ਕਣਕ ਦਾ ਕੀ ਨੁਕਸਾਨ ਹੋਊਗਾ? ਨੁਕਸਾਨ ਜੀ ਫੁੱਲੀ ਨੁਕਸਾਨ ਆ ਜੀ, ਫਿਰ ਇੱਥੇ ਖੰਡਿਆ ਦੇਣਗੇ ਜੀ, ਕਹਿਣਗੇ ਗਿੱਲੀ ਆ ਸੁਕਾਉਣੀ ਹੈ ਜੀ। ਇਹਦੇ ਸਾਡਾ ਤਾਂ ਕੋਈ ਕਸੂਰ ਨਹੀਂ ਜੀ, ਸਾਨੂੰ ਤਰਪਾਲਾ ਦੇਣ, ਪ੍ਰੋਪਰ ਪ੍ਰਬੰਧ ਹੋਵੇ ਜੀ, ਅਸੀਂ ਉਹ ਕਰੀਏ, ਢੱਕ ਕੇ ਸੰਭਾਲ ਕੇ ਰੱਖ ਲਈਏ। ਹੁਣ ਜੇ ਇੱਥੇ ਕੋਈ ਪ੍ਰਬੰਧ ਹੀ ਨਹੀਂ ਹੈਗਾ ਜੀ, ਇੱਥੇ ਹੁਣ ਅਸੀਂ ਵੀ ਕੀ ਕਰੀਏ? ਮੌਸਮ ਤੁਹਾਨੂੰ ਪਤਾ ਹੀ ਹੈ ਜੀ, ਖਰਾਬ ਆ ਜੀ। ਕਿਸਾਨੀ ਪਹਿਲਾਂ ਹੀ ਬਹੁਤ ਮਾਰ ਪਈ ਵੀ ਆ ਜੀ, ਗੜੇਮਾਰੀ ਦਾ ਹੋਰ ਆ। ਬਾਕੀ ਇੱਥੇ ਮੰਡੀਆਂ ਤੁਹਾਨੂੰ ਹੁਣ ਦੋ ਦੋ ਤਿੰਨ ਤਿੰਨ ਦਿਨ ਸਾਨੂੰ ਬੈਠਿਆਂ ਨੂੰ ਹੋ ਗਏ ਜੀ, ਸਾਨੂੰ ਇੱਥੇ ਵੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ। ਇੱਥੇ ਪਾਣੀ ਖੜਾ ਹੈਗਾ ਥਾਂ ਥਾਂ ਜੀ ਮੰਡੀਆਂ ਦੇ ਵਿੱਚ, ਨਾ ਕਿ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ ਜੀ, ਕੋਈ ਬਹੁਤ ਜਾਣੀ ਤਕਲੀਫ ਆ ਜੀ ਸਾਨੂੰ। ਨੁਕਸਾਨ ਪਹਿਲਾਂ ਬਹੁਤ ਨੁਕਸਾਨ ਹੋ ਗਿਆ ਜੀ, ਤੁਹਾਨੂੰ ਪਤਾ ਹੀ ਹੈ ਜੀ, ਹੁਣ ਫੇਰ ਨੁਕਸਾਨ ਆ ਜੀ। ਇੱਥੇ ਕਣਕਾਂ ਮੰਡੀ 'ਚ ਰੁਲੀ ਜਾਂਦੀਆਂ, ਸਰਕਾਰ ਵੀ ਨਹੀਂ ਕੋਈ ਪ੍ਰਬੰਧ ਹੈ ਨਹੀਂ ਗਾ ਜੀ।